ਕੈਂਪਿੰਗ ਟ੍ਰੇਲ 'ਚ ਤੁਹਾਡਾ ਸਵਾਗਤ ਹੈ। ਇਸ ਵਕਤ ਅਸੀਂ ਦੁਆਬੇ ਦੀ ਧਰਤੀ ਉੜਮੋ ਟਾਂਡਾ 'ਚ ਖੜ੍ਹੇ ਹਾਂ, ਜਿੱਥੇ ਦੇ 2007, 2012 ਅਤੇ 2017 'ਤੇ ਵਿਧਾਇਕ ਰਹਿ ਚੁੱਕੇ ਨੇ ਸੰਗਤ ਸਿੰਘ ਗਿਲਜੀਆਂ, ਜਿਹੜੇ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ 111 ਦਿਨ 'ਚ ਜਿਹੜਾ ਹੈ ਉਹ ਕੈਬਨਿਟ ਮੰਤਰੀ ਦਾ ਅਹੁਦਾ ਵੀ ਉਹਨੇ ਸਾਂਭਿਆ। ਅਤੇ ਇਸ ਵਕਤ ਚੋਣਾਂ ਦਾ ਮਾਹੌਲ ਹੈ, ਟਿਕਟ ਦੁਬਾਰਾ ਦਿੱਤੀ ਗਈ ਹੈ ਸਿਟਿੰਗ ਵਿਧਾਇਕ ਨੇ, ਕੀ ਤਿਆਰੀ ਚੱਲ ਰਹੀ ਹੈ ਚੋਣ ਨੂੰ ਲੈ ਕੇ, ਆਓ ਜਾਣਦੇ ਹਾਂ। ਕੈਂਪੇਨ ਟ੍ਰੇਲ 'ਚ ਤੁਹਾਡਾ ਸਵਾਗਤ ਹੈ। ਤਾਂ ਇਸ ਵਕਤ ਕਿਉਂਕਿ ਚੋਣਾਂ ਚੱਲ ਰਹੀਆਂ ਨੇ 2022 ਵਿਧਾਨ ਸਭਾ ਦੀਆਂ, ਹਰ ਕੋਈ ਡੋਰ ਟੂ ਡੋਰ 'ਚ ਬਿਜ਼ੀ ਹੈ, ਹਰ ਕੋਈ ਜਿਹੜਾ ਹੈ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਇੱਕ ਵੱਡਾ ਮਾਰਜਨ ਨਾਲ ਜਿੱਤ ਹਾਸਿਲ ਕਰ ਸਕੇ। ਅਤੇ ਟਾਈਮ ਕੱਢਣਾ ਬਹੁਤ ਔਖਾ ਹੈ, ਪਰ ਇਸ ਦੌਰਾਨ ਅਸੀਂ ਟਾਈਮ ਜ਼ਰੂਰ ਜਿਹੜਾ ਹੈ ਉਹ ਲਿੱਤਾ ਹੈ। ਅਤੇ ਇਸ ਵਕਤ ਸਾਡੇ ਨਾਲ ਸੰਗਤ ਸਿੰਘ ਗਿਲਜੀਆਂ ਨੇ, ਜਿਹੜੇ ਕਿ ਕੈਬਨਿਟ ਮੰਤਰੀ ਵੀ ਨੇ, 111 ਦਿਨ ਦੇ ਕਾਰਿਆਕਾਲ 'ਚ ਕੀ ਕੁਛ ਕੰਮ ਕਰਾਇਆ, ਅਤੇ ਇਸ ਵਕਤ ਚੋਣਾਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ, ਇਹਨਾਂ ਦੇ ਇਲਾਕੇ 'ਚ ਕੀ ਮਾਹੌਲ ਹੈ, ਅਤੇ ਪੂਰੇ ਪੰਜਾਬ 'ਚ ਕੀ ਮਾਹੌਲ ਹੈ। ਗਿਲਜੀਆਂ ਸਾਹਿਬ ਸਵਾਗਤ ਹੈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ ਸਵੇਰ ਦਾ। ਥੈਂਕ ਯੂ ਜੀ ਨਿਊਜ਼ ਦਾ, ਧੰਨਵਾਦ ਤੁਹਾਡਾ, ਆਪਣਾ ਕੀਮਤੀ ਟਾਈਮ ਕੱਢ ਕੇ ਆਇਓ। ਸਰ ਸਾਨੂੰ ਲੱਗਦਾ ਕੀਮਤੀ ਇਸ ਵਕਤ ਤੁਹਾਡਾ ਜ਼ਿਆਦਾ ਟਾਈਮ ਹੈ, ਕਿਉਂਕਿ ਕੋਰੋਨਾ ਵੀ ਹੈ, ਡੋਰ ਟੂ ਡੋਰ ਵੀ ਚੱਲ ਰਹੇ ਹੈ। ਹਾਂਜੀ ਹਾਂਜੀ, ਨਹੀਂ ਕੀਮਤੀ ਵਕਤ ਤੇ ਕਿਸੇ ਨੂੰ ਮਾਫ਼ ਹੀ ਨਹੀਂ ਕਰਦਾ, ਜੇ ਆਦਮੀ ਵਕਤ ਨਾ ਦੇਵੇ। ਇਹ ਵਕਤ ਕਰਕੇ ਹੀ ਅੱਜ ਸਾਰਾ ਕੁਝ, ਜਿਹੜਾ ਮੈਂ ਵਕਤ ਦਿੱਤਾ ਨਾ 20 ਸਾਲ, ਉਹਦੇ ਕਰਕੇ ਬਦੌਲਤ ਨਾਲ ਬੈਠਾ ਅੱਜ। ਕਿਉਂਕਿ ਮੇਰਾ ਜੀਵਨ ਜਿਹੜਾ ਲੰਮਾ ਸਮਾਂ, ਮੈਂ ਸਰਪੰਚ, ਜ਼ਿਲ੍ਹਾ ਪਰਿਸ਼ਦ ਦਾ ਇਲੈਕਸ਼ਨ, ਔਰ 4 ਇਲੈਕਸ਼ਨ ਮੈਂ ਐਮ ਐਲ ਏ ਦੇ ਅੱਗੇ ਲੜ ਚੁੱਕਾ, 5ਵਾਂ ਮੈਂ ਇਲੈਕਸ਼ਨ ਲੜਨ ਜਾ ਰਿਹਾ ਆਪਣੇ ਇਲਾਕੇ ਦੇ ਵੋਟਰ ਸਪੋਰਟਰ, ਆਪਣੇ ਘਰ ਦੇ ਸਾਰੇ ਮੈਂਬਰਾਂ ਦੇ ਨਾਲ। ਅਤੇ ਮੈਂ ਅੱਜ ਵੀ ਉਨਾ ਹੀ ਖੁਸ਼ ਹਾਂ ਜਿੰਨਾ ਮੈਂ ਪਹਿਲਾਂ ਸੀ, ਹੋਰ ਖੁਸ਼ੀ ਆਏਗੀ, ਵਾਹਿਗੁਰੂ ਕਿਰਪਾ ਕਰੇ। ਗਿਲਜੀ ਸਾਹਿਬ, ਖਾਸੀਅਤ ਇਹ ਹੈ ਕਿ ਇਸ ਵਾਰ ਤੁਸੀਂ ਇਕੱਲੇ ਨਹੀਂ ਬੈਠੇ, ਪਰਿਵਾਰ ਵੀ ਤੁਹਾਡਾ ਬੈਠਾ, ਕੌਣ ਕੌਣ ਬੈਠਾ, ਇੰਟਰਡਿਊਸ ਜ਼ਰੂਰ ਕਰਾਓ। ਇਹ ਮੇਰੀ ਧਰਮ ਪਤਨੀ ਹੈ, ਕਿਉਂਕਿ ਅਸੀਂ ਆਪਣੇ ਦੋਨੇ ਜਣੇ ਘਰ 'ਚ ਵੱਡੇ ਹਾਂ, ਅਸੀਂ 5 ਭਾਈ ਹਾਂ, ਮੈਂ ਸਭ ਤੋਂ ਵੱਡਾ ਵਾਂ। ਮੇਰੇ ਤੋਂ ਛੋਟੇ ਸਾਹ ਜਗਿੰਦਰ ਸਿੰਘ ਗਿਲਜੀ ਆ, ਉਹਨਾਂ ਤੋਂ ਛੋਟੇ ਅਮੈਰੀਕਾ ਤੋਂ ਆਏ ਨੇ ਜੋ ਇੰਡੀਅਨ ਓਵਰਸੀ ਕਾਂਗਰਸ ਦੇ ਪ੍ਰੈਜੀਡੈਂਟ ਨੇ, ਹਰਮਿੰਦਰ ਸਿੰਘ ਜੀ। ਉਹਨਾਂ ਤੋਂ ਛੋਟੇ ਲੱਕੀ ਸਿੰਘ ਜੌੜੀਆ, ਉਹ ਵੀ ਕੱਲ੍ਹ ਦੇ ਪਹੁੰਚ ਗਏ ਨੇ। ਉਹਨਾਂ ਤੋਂ ਛੋਟੇ ਪਲਵਿੰਦਰ ਸਿੰਘ ਰੋਮਨ, ਉਹ ਵੀ 1-2 ਦਿਨ 'ਚ ਆ ਰਹੇ ਨੇ। ਅਤੇ ਮੇਰੇ ਦੋਨੇ ਬੇਟੇ ਵੀ ਆ ਰਹੇ ਨੇ, ਇੱਕ ਬੇਟਾ ਸਾਡਾ ਬੈਠਾ ਸਾਹਮਣੇ ਦਲਜੀਤ ਸਿੰਘ, ਮੇਰੇ ਨਾਲ ਕੰਮ ਕਰਦਾ, ਅਤੇ ਅਸੀਂ ਸਾਰੀ ਫੈਮਿਲੀ, ਅਸੀਂ ਪਰਿਵਾਰ ਇਕੱਠਾ। ਇਹ ਮਹਾਰਾਜ ਜੀ ਬੜੀ ਵੱਡੀ ਬਖਸ਼ਿਸ਼ ਕਿ ਸਾਰਾ ਪਰਿਵਾਰ ਅਸੀਂ ਇਕੱਠੇ ਹਾਂ, ਅਤੇ ਇਕੱਠੇ ਹੋਣ ਦੇ ਨਾਤੇ ਸਾਨੂੰ ਲੋਕ ਇਲਾਕੇ ਦੇ ਮਾਣ ਵੀ ਦਿੰਦੇ ਆ। ਸਰ ਜੇ ਗੱਲ ਕਰੀਏ ਕੰਮਾਂ ਕਾਰਾਂ ਦੀ, ਕਿਉਂਕਿ ਲੋਕਾਂ 'ਚ ਜਾਣਾ, ਗਲੀਆਂ 'ਚ ਜਾਣਾ, ਲੋਕਾਂ ਨੇ ਕੰਮ ਪੁੱਛਣਾ, ਜੇ ਆਪਣੇ ਹਲਕੇ ਦੇ ਕੰਮ ਦੀ ਗੱਲ ਕਰੀਏ, ਕੀ ਕੁਛ ਕੰਮ ਜਿਹੜੇ ਆਪਣੇ ਹਲਕੇ ਨੂੰ ਦਿੱਤੇ ਤੁਸੀਂ, ਕਿਉਂਕਿ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਤੁਸੀਂ ਆਪਣਾ ਰਿਪੋਰਟ ਕਾਰਡ ਕੱਢਦੇ ਹੋ ਇੱਕ, ਕਿ ਇਹ ਕੰਮ ਕਰਾਇਆ, ਅਤੇ ਇੱਕ ਇਹੋ ਜਿਹਾ ਹੈ ਉਹ ਮੈਨੀਫੈਸਟੋ ਕੱਢਦੇ ਹੋ ਕਿ ਇਹ ਕੰਮ ਜਿਹੜਾ ਹੈ ਅਗਲੇ ਵਾਰ ਮੈਂ ਕਰਾਊਂਗਾ। ਦੇਖੋ, ਮੈਂ ਜਦੋਂ 2017 ਦੇ ਵਿੱਚ ਬਣਿਆ ਸੀ, ਮੇਰੀ ਸਰਕਾਰ ਬਣੀ ਸੀ, ਮੈਂ ਆਪਣਾ ਜਿੱਥੇ ਮੇਰੀ ਪਾਰਟੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉੱਥੇ ਮੈਂ ਆਪਣੇ ਵਿਧਾਨ ਸਭਾ ਹਲਕੇ ਦਾ ਵੀ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ। ਅੱਜ ਮੈਨੂੰ ਗੌਰਵ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਇੱਕ ਇੱਕ ਕੰਮ ਲਿਖਿਆ ਸੀ, ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਉਹ ਮੈਂ 100% ਪੂਰਾ ਕੀਤਾ। ਇੱਕ ਹੋਰ ਪਾਰਟੀ ਹੈ ਜਿਹੜੀ ਕਹਿੰਦੀ ਹੈ NRI ਵਿੰਗ ਸਾਡੇ ਨਾਲ ਹੈ, NRI ਸਾਡੇ ਨਾਲ ਨੇ, ਤਾਂ ਉਹ ਇਹ ਵੀ ਕਹਿੰਦੇ ਨੇ, ਮੈਂ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਰਿਹਾ, ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ, ਕਿਉਂਕਿ ਉਹ ਹੁਣੇ ਵੀ ਇਹ ਬਿਆਨ ਦੇ ਰਹੇ ਨੇ ਕਿ ਜਦ ਸਾਡੀ ਸਰਕਾਰ ਆਏਗੀ ਤਾਂ ਅਸੀਂ ਜਿਹੜੇ ਬੱਚੇ ਬਾਹਰ ਗਏ ਨੇ ਕੈਨੇਡਾ ਉਹਨਾਂ ਨੂੰ ਵਾਪਸ ਵੀ ਲੈ ਕੇ ਆਵਾਂਗੇ। ਨਹੀਂ, ਵਾਪਸ ਲਿਆ ਕੇ ਕਿੱਦਾਂ ਲਿਆਉਣਗੇ, ਭੁੱਖੇ ਮਾਰਨੇ ਇੱਥੇ ਲਿਆ ਕੇ? ਕੇਜਰੀਵਾਲ ਜਿੱਦਾਂ ਦਾ ਆਪ ਉੱਦਾਂ ਦੇ ਕੰਮ ਕਰਨਾ ਚਾਹੁੰਦਾ। ਪਿਛਲੀ ਵਾਰੀ 2017 ਦੀ ਇਲੈਕਸ਼ਨ ਹੋਈ ਸੀ, ਮੇਰੇ NRI ਵੀਰਾਂ ਨੇ ਬਹੁਤ ਕੇਜਰੀਵਾਲ ਨੂੰ ਮਾਣ ਦਿੱਤਾ ਸੀ, ਬਹੁਤ ਪੈਸਾ ਵੀ ਦਿੱਤਾ ਸੀ ਅਤੇ ਮਾਣ ਵੀ ਦਿੱਤਾ ਸੀ। ਕੇਜਰੀਵਾਲ ਨੇ ਕੀ ਕੀਤਾ, ਜੋ ਚੰਗੇ ਸਿਆਸਤਦਾਨ ਸੀ ਉਹਦੀ ਪਾਰਟੀ 'ਚ ਆਏ ਸੀ ਉਹ ਸਾਰੇ ਖੜ੍ਹਤੇ, ਅਤੇ ਕੂੜਾ ਉਹਨੇ ਰੱਖ ਲਿਆ, ਕੂੜਾ ਰੱਖਣ ਦੇ ਨਾਲ 20 MLA ਜਿੱਤੇ, ਅਤੇ ਅੰਦਰ ਵਿਧਾਨ ਸਭਾ ਦੇ 5-7 ਜੁੱਤੀ ਹੁੰਦੇ ਰਹੇ। ਅੱਜ ਵੇਖਿਆ ਉਹਨਾਂ ਦਾ ਹਾਲ, 4 MP ਬਣੇ, 3 ਵਧਾਉਣ ਗਏ ਸੀ, ਇਕੱਲਾ ਤੋਂ ਭਗਵੰਤ ਮਾਨ ਰਹਿ ਗਿਆ, ਉਹਦੇ ਬਾਰੇ ਤੁਹਾਨੂੰ ਪਤਾ ਹੀ ਸਰ। ਤੁਸੀਂ ਥੋੜ੍ਹਾ ਖੁੱਲ੍ਹ ਕੇ ਦੱਸਣਾ ਚਾਹੋਗੇ ਕੀ ਉੱਥੇ ਕੀ ਆਸ ਲਾਈ ਜਾ ਸਕਦੀ, ਤੁਸੀਂ ਦੇਖ ਲਓ CM ਕੈਂਡੀਡੇਟ ਨੇ। ਮੈਂ ਕਿਹਾ ਜੀ ਕੀ ਆਸ ਲਾਓਗੇ ਉੱਥੇ, ਗਾਣੇ ਵਜਾਉਣ ਨਾਲ CM ਨਹੀਂ ਬਣ ਸਕਦਾ, ਗਾਣੇ ਵਜਾਉਣ ਨਾਲ CM ਨਹੀਂ ਚੱਲਣਾ ਪੰਜਾਬ ਦਾ, ਕੇਜਰੀਵਾਲ ਪੰਜਾਬ ਨੂੰ ਨਹੀਂ ਸੰਭਾਲ ਸਕਦਾ, ਇਹ ਪੰਜਾਬੀ ਸੰਭਾਲੇਗਾ? ਕੋਈ ਇੱਦਾਂ ਦੀ ਗੱਲ ਨਹੀਂ, ਸਾਡੇ ਕੋਲ ਬਹੁਤ ਬਹੁਤ ਅੱਛੇ ਬੰਦੇ ਨੇ ਜੋ ਸਿਆਸਤਦਾਨ 'ਚ ਡੂੰਘੇ ਨੇ। ਉਹ ਕਹਿੰਦੇ ਸੈਲੀਬ੍ਰਿਟੀ ਸੀਗੇ, ਉਹ ਆਪਣਾ ਉਹਨਾਂ ਦਾ ਕੰਮ ਸੀਗਾ, ਇਸ ਕਰਕੇ ਕਰ ਰਹੇ ਸੀ, ਜਦ ਦੇਸ਼ ਸੇਵਾ 'ਚ ਆਏ ਤਾਂ ਫਿਰ ਦੇਸ਼ ਸੇਵਾ ਕਰ ਰਹੇ ਨੇ। ਜਿਹੜਾ ਆਪਣਾ ਘਰ ਨਹੀਂ ਨਾ ਸੰਭਾਲ ਸਕਦਾ, ਸੁਣ ਲਓ ਮੇਰੀ ਗੱਲ, ਜਿਹੜਾ ਆਪਣਾ ਘਰ ਨਹੀਂ, ਭਗਵੰਤ ਮਾਨ ਦੇ ਫੈਮਿਲੀ ਕਿੱਥੇ ਨੇ, ਕਿੱਥੇ ਉਹਦੇ ਬੱਚੇ ਕਿੱਥੇ ਨੇ, ਕੀ ਕਰੇਗਾ ਪੰਜਾਬ ਨੂੰ?
की लगता है क्योंकि एक डैमेज भी क्रिएट हो सकता है जिहड़ियां विधायकां दी टिकटां कट गईआं, सतकार कौर दी टिकट कट गई या फिर होर अंगद सैनी की गल करिए दुआबे दे ने तुहाडे नवांशहर दे उहनां दी टिकट कट गई, वह वक्रे तौर पर कह रहे हैं मैं आजाद चोण लड़ूंगा। लगता है कितने ना कितने महिंदर केपी की टिकट कट्टी गई, वह कह रहे थे असी जी चोण लड़नी सी, वह कहते मैं बेइज्जत कर दिता गया, मैं कहा गया कि टिकट दी जाऊगी रिप्लेस की जाऊगी, पहुँच भी गए। लगता है ये चीज़ कितने ना कितने एक डैमेज क्रिएट कर सकती है पार्टी। गल इदा है कि जिहड़ा आदमी हल्के च नहीं रहिंदा, हल्के दे लोकां नूं मिलदा नहीं, पांच साल घरां च सुत्ता रहिंदा है ते टिकटां मंगदी दा टिकटां नहीं मिलदियां, काम करना पैंदा, लोकां दी सेवा करनी पैंदी। ये जिहड़ी जॉब है ना, यह सेवा भावना की जॉब है, यह लुट्टण वाली जॉब नहीं। जे किसी ने माड़े काम किए टिकट वो कटीची है, चंगे आदमी किसी टिकट नहीं कटेगी, मेरी क्यों नहीं कटेगी। मैं तुम्हें दस दिनी हूँ कि गिलजिया सर दे बेटा साढ़े नाल मौजूद है ने, और सर तुम की इनफॉर्मेशन दसना चाह रहे हो व्यूअर्स नू? मैं बहुत टाइम तो देख रही हूँ, काफ़ी तैयारियां करके बैठे हो। मैं ये दस रहा कि अज तक जिमें गिलजिया साहब ने पहला तुम्हें कहा पापा ने कि किसी ने अपना रिपोर्ट कार्ड नहीं दिता, ना ही कभी कहीं मैनीफेस्टो दिता। तो सानू अपने हल्के से बड़ा माण है कि यह असी 2017 च मैनीफेस्टो लैके आए थी 21 पॉइंट का। ओके, 21 पॉइंट का मैनीफेस्टो लै गए ही तो उसे 20 पॉइंट कंप्लीट कर चुके हैं, और वह रिपोर्ट कार्ड है कि असी है 20 की थां 34 कम करके लोगों चाहे हैं। चरणजीत सिंह चन्नी भदौड़ तो लड़ रहे हैं, दो सीटा मिली उन्होंने, दो टिकटा मिल गई चमकौर साहब के भदौड़ तो ही, क्योंकि उन्होंने ऐलान करता कहते कि अरविंद केजरीवाल आके मेरे खिलाफ लड़न। पवन बंसल भी उत्थे सीगे, वह कहते हैं कि क्योंकि धूरी तो सिर्फ 35 किलोमीटर का राह है, धूरी तो भगवंत मान लड़ रहे हैं, सब तो नज़दीकी खेत्र जाके चरणजीत सिंह चन्नी लड़ रहे हैं। लगता है कि रणनीति है कांग्रेस पार्टी की कि आम आदमी पार्टी ने जोड़ा है वह हराया जाए उस इलाके तो, क्योंकि गढ़ मनिया जाता है आम आदमी पार्टी का एक मालवा खेत्र, या फिर कितना कितने ओपोजिशन कह रही है कि आप हार रहे हैं चन्नी अपने इलाके तो, इस करके दूजे रस्ते। पार्टी ने बहुत अच्छा फैसला किया, मालवे की धरती से साढ़े मुख्यमंत्री इलेक्शन लड़ रहे हैं, तो मैं उन्होंने बधाई देना कि तुसीं बहुत तुहाडी चंगी सोच, पार्टी की चंगी सोच जिहड़ी कि लागे भगवंत मान दे लागे जाके खड़ा भदौड़ तो, और बहुत आराम नाल तरीके नाल जितणगे और पूरा मालवा भी जितणगे। ये भी नाल बजम मैं एक चीज ऑब्जर्व कर रही हूँ, इतने गिलजिया सर और उन्होंने ब्रदर बैठे ने इतने दो, मैं इन्हों की टर्बन देख रही हूँ, तिना का स्टाइल अलग अलग है टर्बन का, मैं जरूर यह जानना चाहूंगी कि यह मतलब किड़ी जी पग जिम्मे पटियाला शाही पग हूँ है, सो यह मैं जरूर जानना चाहूंगी थोड़ी पग का कि नाम है, कि टर्बन सजाई हुई है। देखो मैं जो भी निकलता मेरी जी पग है ना यही होंगी, जो मैं शगन वाली पग बन के जाना। हाँ जी स्टाइल मेरा सिंपल सिंपल स्टाइल। ओके सो सर मैं थोड़े तो भी जानना चाहूंगी, मेरा जो वाइट कलर फेवरेट है। मैं दूसरे बंदा है कि कुछ स्पेशल प्रोग्राम ब्याह शादी बंदा, मैं 99% वाइट ही बंदा, मेरा फेवरेट कलर है क्योंकि वाइट कलर है जो शांति का प्रतीक है। तो मैं इंडियन यूनिवर्सिटी कांग्रेस यूएसए का प्रधान है, तकरीबन 25-26 साल तो काम कर रहा, तो रहना मैं अमरीका, तो मेरा दिल इत्थी है पंजाब गिलजिया जी। मैं तो मेरे वास्ते सारे रंग प्यारे ने, क्योंकि मैं जिथे काम करदा ना उपरले पिंडा च कंडी च, उत्थे ज्यादा गरीब तबका है, तो जिवे दे ओह ने ओवे दा मैं रहना, मेरे च कोई ओह नहीं लीडर वाला कोई गुण नहीं, मैं वे कह गुण नहीं कह सकते, होमे नहीं अंकार नहीं, जिवे दे उत्थे लेबर तबका उत्थे, तो मैं उन्हां वर्गे बन के रहना, उन्हां दे विच ही रहना, मेरा खाना पीना रहना सहना सारा कुछ उन्हां नाल दा ही। लोग एक चीज कहंदे ने, कहंदे कि 111 दिन की सरकार दिखाई जा रही है, पर जिहड़ी कैप्टन साहब की सरकार सी वह भी कांग्रेस की सरकार सी, वह कहड़ा BSP की सी? नहीं नहीं देखो वो आप देखो उन्हें जे चंगा होंदा, साढ़े 9 साल वो रहा मुख्यमंत्री, उन्होंने इदा की गलती नहीं सी करनी चाहिए। जे मुख्यमंत्री तो BJP नहीं बदलती, किन्ने बदले किनिया सीटा च बदले, जो सोनिया गांधी का अधिकार खेत्र है, जे 5 साल पहले लाए 4.5 साल फिर लाए, तो फिर उन्होंने इदा के गलत फैसले नहीं सी करने चाहिए। देखो ये हक है हर लोग, हम कई कैंडिडेट बदले हैं, पता कि एक पासे तो कांग्रेस पार्टी कहती है कि काम नहीं किया परफॉर्मेंस नहीं हो रही थी इस करके बदल दिता गया, दूजे पास कांग्रेस पार्टी लोगों से जाके कह रही है कि साढ़ा 5 साल का काम देखो, तुम काम जरूर देखो। नहीं साड़ी देखो पार्टी से विचार है कि काम करना पैंता, जो अंदरली गल का पता लगा कि यदि जो अंदर खाते समझौता हो गया तद बदलिया, जो सू पता लगा ना कि समझौता BJP ना अमित शाह ना मोदी ना हो गया,
तो फिर सानू बदलने की लोड़ है। कैप्टन अमरिंदर सिंह एक चीज़ कह रहे थे, कहते मेरे को डोजियर है वी दे वी एहो जे विधायक ने जिन्हों का माइनिंग च काम चल रहा है, नजायज माइनिंग करते हैं, तो उन्होंने जोड़े है वो भेद मैं खोलूँगा। की लगता है वाकई तुम मानते हो इस चीज़ में कि कोई काम चल रहा है इस तरीके का नजायज माइनिंग का कांग्रेस के विधायक करा रहे हैं? खोलिया उन्हें हूँ ही खोल देवे, जो पहला नहीं खोलिया हूँ खोल देवे। ये मुख्यमंत्री सी ये करता रहा, यदि की ड्यूटी बनती सी? पटियाले गर्क होगा तू नोट कर ली, मेरी भुखारी बना देंगे लोग, राजे तू भुखारी बनेगा तेन दसदा। ब्रेकफास्ट भी हो चुके, परिवार गल्लां बातें भी हो गई, पोलीटल गल्लां भी हो गई, हूँ कैंपेन की शुरुआत की जा रही है क्योंकि डोर टू डोर करना है। ज़्यादा लोग नाल नहीं रख सकते, पब्लिक रैली नहीं कर सकते। इस वक्त गिलजिया साहब साढ़े नाल ने गड्डी च मौजूद हाँ। गिलजिया साहब, क्योंकि असी गल कर रहे थे थोड़े कैंपेन की, फिलहाल कितने वाल अपना कैंपेन जा रहे, कितने जा रहे? देखो जी, मैं हम घरों ब्रेकफास्ट करके जिदा रोज की तरह पहला मैं अज माला जट्टा मेरे हल्के पिंड है उत्थे जा रहा, उस तो अगे फिर सारे और भी मीटिंगा रखी ने, सारे लोगों मिल रहा दस रहा अपने बारे अपनी पार्टी बारे, तो लोग बड़ा वड्डा हंगाला दे रहे। हाँ जी, इस किस तरीके का रिस्पॉन्स मिल रहा है जो लोगों की गल करिए? देखो बहुत अच्छा रिस्पॉन्स मिल रहा, रिस्पॉन्स तो तद ही अच्छा मिलता जेकर तुम लोगों से विचरे हो, लोगों के दुख से सहाई हो, लोगों के जन्म और मौत जाओ, तो फिर लोग चंगा रिस्पॉन्स देते हैं लोगों। सवेरे मिलना मेरा बड़ा सिंपल ड्रैस है, सवेरे 7 बजे तो लैके मैं 10 बजे तक घर मिलता, फिर मैं अपने दफ्तर च मिलता। 5 साल रूटीन जिस तरह मैं अगर चलाई है उसी तरह चलता आ रहा, तो मेरा मिलने की कोई वही कोई पहुँच भी नहीं। हर वोटर तो सपोर्टर तक मेरी पहुँच लिया, मेरे वोटर मिल सकते मैं कोई आराम ना मिल सकता। एक रिस्पॉन्स वधिया होंगे या तो पार्टी लैवल से होंगे या फिर कैंडीडेट लैवल से होंगे, इतने पार्टी के कैंडीडेट दोनों लैवल से? देखो जी, मेरा दोनों पास पार्टी लैवल से भी मैं ठीक हाँ, तो वैसे भी मेरा साधारण जीवन है कि लोग जड़े ने मेरे तक पहुँच कर लगे हैं, कोई उन्होंने तंगी तकलीफ नहीं आती। हर कोई कोई मैं जिन्हें वोट पाई है मैं वह भी कम करता, जिन्हें नहीं पाई वह भी करता। जो मैं बन जाना ना फिर मैं सारे काम। बिल्कुल बिल्कुल, हुण कैंपेन की शुरुआत कर रहे हैं, अगे भी जाने तो देखते हैं आखिरकार किस तरीके का कैंपेन होंगे, लोग की कहें वह भी जानते हैं। आओ चलिए, कैंपेन ट्रेल से वो सैगमेंट है जिते लोगों ना गलबात की जाती है। कुछ ही देर पहला संगत सिंह गिलजिया इतने अपनी स्पीच दे रहे थे, अपनी गलबात रख रहे थे लोगों के अगे, लोगों तो जान लेंगे कि आखिरकार इन्हें विधायक जी गल करके गए हैं, पिछलियां गल्लां किन्नियां वधिया होईयां ने, साबित होईयां ने कि वाकई जिहड़ियां दावे कीते गए गल्लां कीतियां गईयां मुद्दे चुके गए वो हल होए ने या नहीं? सब तो पहला सर की नाम है जी तुहाडा? हरभजन सिंह ढाट। जे गल करिए संगत सिंह गिलजिया वाले स्पीच दे रहे सी अपनी, तुसी शामिल सीगे? हां जी। गिलजिया साहब कहिंदे कि लोकल होना बहुत जरूरी है, गिलजिया साहब अपने हल्के च पहुंचे ने? हां जी बिल्कुल, अज ही नहीं आ, इन्हां नूं 15 साल हो गए आ इस इलाके नाल जुड़े आ और हर वक्त जुड़े रहिंदे आ, इलाके विच रहिंदे आ और सैशन दे टाइम विच ही बाहर जांदे, जां हुण मिनिस्टर बन गए आ तद के, अदरवाइज 24 घंटे इलाके दे विच मिलदे रहिंदे जी। गिलजिया साहब इत्थे बिल्कुल जी, बिल्कुल हर वेले अवेलेबल हुंदे आ, जदों भी तुसीं उहनां नूं अप्रोच करना चाहो ते इजीली हर एक बंदे नूं कॉमन मैन नूं बिना किसी भेदभाव दे मिलदे आ। तुसीं की कहोगे जी, गिलजिया साहब मिलदे ने इत्थे इत्थे रहिंदे जी? आउंदे ने, बहुत वधिया इंसान ने। हां जी, जे गल करिए मुद्दियां दी, ਇਹੋ ਜਿਹੇ ਕਿਹੜੇ ਮੁੱਦੇ ਉਹਨਾਂ ਨੇ ਹੱਲ ਕਰਾਏ ਨੇ ਜਿਹੜੇ ਕਿ ਸ਼ਾਇਦ ਪਹਿਲਾਂ ਨਹੀਂ ਹੋਏ ਸੀਗੇ, ਇਹੋ ਜਿਹੇ ਕੋਈ ਹੈਗੇ? ਮੇਨ ਤਾਂ ਇਹ ਗੱਲ ਹੈਗੀ ਜੀ ਕਿ ਉਹਨਾਂ ਨੇ ਡਾਊਨ ਟ੍ਰੋਡਨ ਪੀਪਲ ਆਫ ਦੀ ਸੋਸਾਇਟੀ ਜਿਹੜਾ ਆ ਸੈਕਸ਼ਨ ਆ ਸਾਡਾ SCBC ਲੋਕ, ਉਹਨਾਂ ਲਈ ਉਹਨਾਂ ਨੇ ਬੜੀ ਅਣਥੱਕ ਮਿਹਨਤ ਜਿਹੜੀ ਹੈਗੀ ਆ ਕੀਤੀ ਆ। ਫਿਰ ਉਹਨਾਂ ਨੇ ਆਪਣਾ ਟਾਂਡਾ ਉੜਮੁੜ ਨੂੰ ਸਭ ਤਹਿਸੀਲ ਤੋਂ ਤਹਿਸੀਲ ਬਣਾਉਣ ਦੇ ਲਈ ਵੀ ਉਹਨਾਂ ਨੇ ਬਹੁਤ ਮਤਲਬ ਬਣਵਾਇਆ ਕਹਿ ਲਓ ਤੁਸੀਂ, ਬਹੁਤ ਯਤਨ ਕੀਤੇ ਆ। ਅਤੇ ਜੇ ਅਸੀਂ ਲੋਕਲ ਪਿੰਡ ਦੇ ਲੈਵਲ 'ਤੇ ਕਹੀਏ ਤਾਂ ਸਾਡੇ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਉਹਨਾਂ ਦਾ ਕਾਫੀ ਸਾਰਾ ਜਿਹੜਾ ਉਹ ਯੋਗਦਾਨ ਹੈਗਾ ਆ।
ਇਹ ਨਹੀਂ ਹੈ ਕਿ ਅਸੀਂ ਉਹਨਾਂ ਤੋਂ ਡਿਮਾਂਡ ਨਹੀਂ ਹਰ ਵੇਲੇ ਕਰਦੇ, ਲੇਕਿਨ ਉਹ ਇੰਨਾ ਜੁੜੇ ਹੋਏ ਆ ਆਪਣੀ ਜਨਤਾ ਦੇ ਨਾਲ ਕਿ ਉਹ ਖੁਦ ਹੀ ਓਬਜ਼ਰਵ ਕਰਕੇ ਅਤੇ ਕਾਫੀ ਜਿੱਦਾਂ ਆਪਾਂ ਫੋਰ ਐਗਜ਼ਾਮਪਲ ਕਹਿ ਲਈਏ ਕਿ ਆਸ ਪਾਸ ਪਿੰਡ ਦੇ ਇੱਕ ਕਾਫੀ ਇੰਨੇ ਸਾਲਾਂ ਤੋਂ ਕੱਚੀ ਸੜਕ ਹੀ ਆਪਾਂ ਕਹਿ ਸਕਦੇ, ਲੋਕਾਂ ਨੂੰ ਬਹੁਤ ਇਨਕਨਵੀਨੀਅੰਸ ਹੁੰਦੀ ਸੀ, ਉਹ ਖੁਦ ਉਹਨੇ ਔਫਰ ਕੀਤਾ ਅਤੇ ਉਹ ਕੰਮ ਵੀ ਸਿਰੇ ਚਾੜਿਆ ਸੀ। ਮੈਮ ਕੁਛ ਕਹੋਗੇ, ਲੱਗਦੇ ਕੋਈ ਮੁੱਦੇ ਹੋਏਗੇ ਇੱਥੇ ਹੱਲ ਹੋਏ ਨੇ, ਕੰਮ ਹੋਇਆ? ਹਾਂਜੀ, ਬਹੁਤ ਸਾਰੇ ਹੱਲ ਕੀਤੇ ਭਾਅ ਜੀ, ਸੜਕਾਂ ਗਲੀਆਂ ਨਾਲੀਆਂ ਬਣੀਆਂ, ਸੜਕਾਂ ਗਲੀਆਂ। ਲੋਕ ਕਹਿ ਰਹੇ ਨੇ ਮੁੱਦੇ ਜਿਹੜੇ ਨੇ ਉਹ ਹੱਲ ਵੀ ਹੋਏ ਨੇ, ਜਿਹੜੀ ਪਰੇਸ਼ਾਨੀਆਂ ਸੀਗੀਆਂ ਸੜਕਾਂ ਗਾਲੀਆਂ ਹਰ ਚੀਜ਼ ਦੀ, ਤੁਸੀਂ ਕੀ ਕਹੋਗੇ ਜੀ, ਲੱਗਦਾ ਕੁਛ ਕੋਈ ਫਾਇਦਾ ਹੋਇਆ ਸੰਗਤ ਸਿੰਘ ਗਿਲਜੀਆਂ ਦਾ? ਹਾਂਜੀ, ਸਭ ਕੁਛ ਬਣਾਇਆ ਉਹਨਾਂ ਨੇ, ਸਕੂਲ ਦਾ ਸਕੂਲਾਂ ਦੀ ਵੀ ਤਰੱਕੀ ਕੀਤੀ ਆ। ਹਾਂਜੀ, ਸਭ ਕੁਛ ਕੀਤਾ, ਗਲੀਆਂ ਵੀ ਬਣਾਈਆਂ, ਸੜਕਾਂ ਵੀ ਬਣਾਈਆਂ। ਇਹ ਲੋਕ ਕਹਿ ਰਹੇ ਨੇ ਕਿ ਮੁੱਦੇ ਵੀ ਹੱਲ ਕਰਦੇ ਨੇ, ਪਰ ਲੋਕਲ ਰਹਿ ਕੇ ਇੱਕ ਜਿਹੜਾ ਫਾਇਦਾ ਆਪਣੇ ਵਿਧਾਇਕ ਦਾ ਮਿਲਦਾ ਉਹ ਵੀ ਮਿਲਿਆ। ਕੈਬਨਿਟ ਮੰਤਰੀ ਰਹੇ 111 ਦਿਨ ਦੀ ਸਰਕਾਰ 'ਚ, ਪਰ ਉਸ ਸਮੇਂ ਵੀ ਆਪਣੇ ਹਲਕੇ ਨਾਲ ਜੁੜੇ ਰਹੇ ਤਾਂ ਕਿ ਲੋਕਾਂ ਤੋਂ ਜਿਹੜਾ ਉਹ ਦੂਰ ਨਾ ਹੋ ਸਕਣ, ਆਪਣੇ ਮੁੱਦਿਆਂ ਨੂੰ ਜਿਹੜਾ ਉਹ ਪ੍ਰਾਇਓਰਿਟੀ ਉਹ ਰੱਖਿਆ ਤਾਂ ਕਿ ਉਹਨਾਂ ਨੂੰ ਜਿਹੜਾ ਉਹ ਠੀਕ ਕੀਤਾ ਜਾਏ। ਹਲਕਾ ਉੜਮੁੜ ਟਾਂਡਾ ਤੋਂ ਤਿੰਨ ਵਾਰ ਵਿਧਾਇਕ ਰਹੇ, ਯਾਨੀ 2007, 2012 ਅਤੇ 2017 'ਚ ਸੰਗਤ ਸਿੰਘ ਗਿਲਜੀਆਂ ਇੱਥੋਂ ਵਿਧਾਇਕ ਰਹੇ, ਪਰ ਨਾਲ ਦੇ ਨਾਲ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ 111 ਦਿਨ ਦੀ ਸਰਕਾਰ ਵਿੱਚ ਵਜ਼ੀਰੀਅਤ ਵੀ ਜਿਹੜੀ ਹੈ ਉਹਨਾਂ ਨੂੰ ਹਾਸਿਲ ਹੋਈ। ਹੁਣ ਦੁਬਾਰਾ ਚੋਣਾਂ ਆ ਗਈਆਂ, ਅਸੀਂ ਗੱਲਬਾਤ ਕੀਤੀ, ਇੱਕ ਪਾਸੇ ਆਪਣੀ ਰਾਜਨੀਤਿਕ ਗੱਲਾਂ ਵੀ ਰੱਖਦੇ ਨੇ, ਦੂਜੇ ਪਾਸੇ ਪਰਿਵਾਰਿਕ ਗੱਲਾਂ ਵੀ ਰੱਖਦੇ ਨੇ, ਪਰ ਨਾਲ ਦੇ ਨਾਲ ਇਹ ਵੀ ਦੱਸਦੇ ਨੇ ਕਿ ਕਿਵੇਂ ਆਪਣਾ ਕੈਂਪੇਨ ਟ੍ਰਾਇਲ ਚਲਾ ਰਹੇ ਨੇ, ਕਿਵੇਂ ਆਪਣੀ ਤਿਆਰੀ ਕਰ ਰਹੇ ਨੇ। ਹੁਣ ਮੈਂ ਬਜ਼ਮ ਵਰਮਾ ਲੈਣਾ ਇਜਾਜ਼ਤ, ਅਗਲੀ ਵਾਰ ਦੁਬਾਰਾ ਇੱਕ ਕੈਂਪੇਨ ਟ੍ਰਾਇਲ 'ਚ ਮਿਲਦੇ ਹਾਂ, ਦੁਬਾਰਾ ਕਿਸੇ ਨਾਲ ਜਾਣਦੇ ਹਾਂ ਕਿ ਆਖਿਰਕਾਰ ਦੂਜੇ ਵਿਅਕਤੀ ਦੀ ਕੀ ਰਣਨੀਤੀ ਹੈ। ਤਾਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।